ਜੰਮੂ ਕਸ਼ਮੀਰ ਦੇ ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹਮਲੇ ਦੇ 3 ਦਿਨ ਅੰਦਰ 2 ਹੋਰ ਅੱਤਵਾਦੀ ਹਮਲੇ ਹੋਏ ਨੇ। 11 ਜੂਨ ਨੂੰ ਪਹਿਲਾ ਹਮਲਾ ਕਠੂਆ ਜ਼ਿਲ੍ਹੇ 'ਚ ਹੀਰਾ ਨਗਰ ਸਥਿਤ ਸੈਦਾ ਸੁਖਲ ਪਿੰਡ 'ਚ ਹੋਇਆ। ਇੱਥੇ ਅੱਤਵਾਦੀਆਂ ਦੀ ਫਾਇਰਿੰਗ 'ਚ ਪਿੰਡ ਵਾਸੀ ਜ਼ਖਮੀ ਹੋਏ ਨੇ। ਪੁਲਿਸ ਨੇ ਹਮਲਾ ਕਰਨ ਵਾਲੇ 2 ਵਿੱਚੋਂ 1 ਅੱਤਵਾਦੀ ਨੂੰ ਮਾਰ ਦਿੱਤਾ। ਦੂਜਾ ਹਮਲਾ ਮੰਗਲਵਾਰ ਦੇਰ ਰਾਤ ਡੋਡਾ ਦੇ ਛਤਰਗਲਾ 'ਚ 4 ਰਾਸ਼ਟਰੀ ਰਾਈਫਲਸ ਅਤੇ ਪੁਲਿਸ ਦੀ ਜੁਆਇੰਟ ਚੈੱਕ ਪੋਸਟ 'ਤੇ ਹੋਇਆ। ਇੱਥੇ ਅੱਤਵਾਦੀਆਂ ਦੀ ਫਾਇਰਿੰਗ 'ਚ 3 ਜਵਾਨ ਜ਼ਖਮੀ ਹੋਏ ਨੇ। ਪਹਿਲੇ ਹਮਲੇ 'ਚ ਕਠੂਆ ਦੇ ਘਰਾਂ 'ਚ ਜਾ ਕੇ ਅੱਤਵਾਦੀਆਂ ਨੇ ਪਾਣੀ ਮੰਗਿਆ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਕੈਸੇ ਲਗੀ ਇਨਕੋ? ਕੀ ਗੱਲ ਹੋਈ? ਕਿਆ ਕੈਸੇ ਗੋਲੀ ਮਾਰੀ? ਗੋਲੀ ਕਿਸਨੇ ਮਾਰੀ? ਗੋਲੀ ਉਹਨੇ। ਸਰ ਬੰਦ ਕਰ। ਇੱਕ ਪੱਕੇ ਕੋਠੇ ਆਏ ਦੇ ਮੰਨੀਆਂ ਹੀ ਆ ਕੀ ਬੈਠੇ। ਅੱਛਾ ਮੰਨੀਆਂ ਹੀ ਆ ਕੀ ਬੈਠੇ। ਅੱਛਾ ਕਿੰਨੇ ਗੋਲੀਆਂ ਚਲੀਆਂ? ਕਿੰਨੇ ਲੋਕ ਹੈ? ਉਹ ਕਰ ਕਿੰਨੇ ਲੋਕ ਹੈ? ਦੋ ਜਣੇ। ਦੋ ਜਣੇ ਹੈ? ਹਾਂ। ਫਾਇਰ ਕੀਤਾ? ਹਾਂ। ਉਹ ਬੰਬ ਵੀ ਚੁੱਟੇ ਸੀ। ਹੈ ਬੰਬ ਵੀ ਚੁੱਟੇ ਸੀ? ਬੰਬ ਸੁੱਟਿਆ? ਹਾਂ। ਬੰਦੂਕਾਂ ਕਿੰਨੀਆਂ ਨੇ? ਛਤਰਗਲਾ ਮੈਂ ਐਕਸਚੇਂਜ ਜੋ ਫਾਇਰ ਹੋਇਆ ਹੈ ਵਹਾਂ ਪਰ 4 RR ਔਰ ਜੋ ਹਮਾਰਾ ਪੁਲਿਸ ਕਾ ਜੁਆਇੰਟ ਨਾਗਾ ਹੈ ਉਸ ਪਰ ਫਾਇਰ ਹੋਇਆ ਹੈ ਔਰ ਅਭੀ ਐਕਸਚੇਂਜ ਜੋ ਫਾਇਰ ਚੱਲ ਰਿਹਾ ਹੈ। ਲਗਤਾ ਹੈ ਕਿ ਫ੍ਰੈਸ਼ ਇਨਫਿਲਟ੍ਰੇਸ਼ਨ ਬਿਡ ਹੈ ਔਰ ਜੋ ਇਹ ਹੋਇਆ ਹੈ ਇਹ ਗਾਓ ਮੇਂ ਨਮੂਦਾਰ ਹੋਏ ਹੈ 8:30-8:15 ਵਜੇ ਕੇ ਆਸ ਪਾਸ।